ਦੇਖੋ ਅੱਜ ਖਾਸ ਤੌਰ ਤੇ ਬਹੁਤ ਹੀ ਮੈਂ ਭਰੇ ਮਨ ਤੇ ਦੁੱਖ ਨਾਲ ਇਹ ਤੁਹਾਡੇ ਮੂਹਰੇ ਗੱਲ ਕਰ ਰਿਹਾ। ਅੱਜ ਰਾਜੋਆਣਾ ਜਿਹੜਾ ਦੁਸ਼ਮਣ ਆ ਦੇਸ਼ ਦਾ, ਜਿਹੜਾ ਦੁਸ਼ਮਣ ਆ ਸਾਡੇ ਸਮਾਜ ਦਾ, ਉਹ ਰਾਜੋਆਣਾ ਜਿਹਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਚੇਅਰ ਤੇ ਸੀ ਉਹਨਾਂ ਦਾ ਅਸੈਸੀਨੇਸ਼ਨ ਕੀਤਾ ਹੈ, ਤੇ ਅੱਜ ਉਹ ਇਹ ਗੱਲ ਕਹਿ ਰਿਹਾ ਵੀ ਨਾ ਮੈਂ ਦੇਸ਼ ਦੇ ਕਾਨੂੰਨ ਨੂੰ ਮੰਨਦਾ, ਨਾ ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ, ਨਾ ਮੈਂ ਇਸ ਤਿਰੰਗੇ ਨੂੰ ਮੰਨਦਾ, ਤੇ ਜੋ ਮੈਂ ਕੁਛ ਕੀਤਾ ਉਹ ਮੈਂ ਸਹੀ ਕੀਤਾ, ਤੇ ਮੈਨੂੰ ਜੇ ਅੱਗੇ ਵੀ ਮੌਕਾ ਮਿਲੂ ਤੇ ਮੈਂ ਅੱਗੇ ਵੀ ਇਹੀ ਕਤਲੇਆਮ ਕਰੂੰਗਾ, ਪੰਜਾਬ ਦੇ ਵਿੱਚ ਖੂਨ ਵਹਾਊਂਗਾ। ਉਸ ਸ਼ਖਸ ਲਈ ਅੱਜ ਅਕਾਲੀ ਦਲ, ਇਸ ਗੱਲ ਦਾ ਬੀਜੇਪੀ ਵੀ ਜਵਾਬ ਦੇਵੇ, ਉਸ ਸ਼ਖਸ ਲਈ ਅੱਜ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ, ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਸ ਸ਼ਖਸ ਲਈ ਮਾਫ਼ੀ ਮੰਗਣ ਜਾ ਰਹੇ ਨੇ ਵੀ ਉਨ੍ਹਾਂ ਨੂੰ ਉਮਰ ਕੈਦ ਦਿਓ, ਫਾਂਸੀ ਨਾ ਦਿਓ। ਜਿਹੜਾ ਬੰਦਾ ਕਹਿੰਦਾ ਵੀ ਮੈਨੂੰ ਦੁਬਾਰਾ ਮੌਕਾ ਮਿਲੇ ਮੈਂ ਇਹੀ ਕੁਛ ਕਰੂੰਗਾ, ਅੱਜ ਸਵਾਲ ਖੜਾ ਹੋ ਗਿਆ ਅਕਾਲੀ ਦਲ ਤੇ ਵੀ ਉਹ ਦੇਸ਼ ਦੇ ਦੁਸ਼ਮਣ ਨੇ ਜਾਂ ਦੇਸ਼ ਦੇ ਹਿਤੈਸ਼ੀ ਨੇ। ਇਸ ਕਰਕੇ ਅੱਜ ਸਾਫ਼ ਦੱਸਣਾ ਪਊਗਾ ਲੋਕਾਂ ਮੂਹਰੇ ਵੀ ਉਹ ਕਿਹਦੇ ਨਾਲ ਖੜੇ ਨੇ। ਸਰਦਾਰ ਬੇਅੰਤ ਸਿੰਘ ਜੀ ਨੇ ਕੁਰਬਾਨੀ ਪੰਜਾਬ ਖਾਤਰ ਕੀਤੀ, ਪੰਜਾਬ ਦੇ ਅਮਨ ਸ਼ਾਂਤੀ ਲਈ ਕੀਤੀ, ਆਪਣਾ ਬੰਬ ਨਾਲ ਸ਼ਰੀਰ ਦਾ ਟੁਕੜਾ ਟੁਕੜਾ ਉਡਾ ਲਿਆ ਉਹਨਾਂ ਨੇ, ਪਰ ਅੱਤਵਾਦ ਦਾ ਨਾਂ ਨਿਸ਼ਾਨ ਮਿਟਾਤਾ। ਅੱਜ ਦੁੱਖ ਹੁੰਦਾ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਜਦ ਉਸ ਸ਼ਖਸ ਲਈ, ਉਸ ਕਾਤਲ ਲਈ ਅੱਜ ਮੈਂਬਰ ਪਾਰਲੀਮੈਂਟ ਤੇ ਅੱਜ ਅਕਾਲੀ ਦਲ ਬੀਜੇਪੀ ਜਿਹੜਾ ਇਹ ਉਹਨਾਂ ਦੀ ਰਾਜਨਾਥ ਜੀ ਨੂੰ ਕਹਿਣ ਜਾ ਰਹੇ ਆ, ਉਹਨਾਂ ਦੀ ਮਿੰਨਤਾਂ ਕਰਨ ਜਾ ਰਹੇ ਨੇ ਉਹਨਾਂ ਕੀ। ਅੱਜ ਜਿਹੜੇ ਮਿਸ਼ਨ 2020 ਵਾਲੇ ਨੇ ਜਾਂ IAS ਏਜੰਸੀ ਵਾਲੇ ਆ ਉਹਨਾਂ ਤੋਂ ਡਰ ਗਏ ਨੇ, ਆਪਣੀਆਂ ਜਾਨਾਂ ਨੂੰ ਬਚਾਉਣ ਲਈ ਉਹਨਾਂ ਦੇ ਮੂਹਰੇ ਅੱਗੇ ਝੁੱਕ ਗਏ ਨੇ। ਮੈਂ ਕਦੇ ਇੰਨਾ ਸਖ਼ਤ ਲਫ਼ਜ਼ਾਂ ਚ ਬੋਲਿਆ ਨਹੀਂ, ਪਰ ਅੱਜ ਲਗਾਤਾਰ ਦਾ 3 ਦਿਨ ਜਦੋਂ ਅਖਬਾਰਾਂ ਚ ਦੇਖ ਰਹੇ ਹਾਂ, ਮੀਡੀਆ ਚ ਦੇਖ ਰਹੇ ਹਾਂ, ਦੁੱਖ ਨਹੀਂ ਹੁੰਦਾ? ਅਸੀਂ ਆਪਣਾ ਗਵਾ ਲਿਆ, ਸਾਰਾ ਕੁਛ ਪਰਿਵਾਰ ਗਵਾ ਲਿਆ, ਚੀਫ ਮਿਨਿਸਟਰੀਆਂ ਗਵਾ ਲਈਆਂ, ਪਰ ਸੀ ਨਹੀਂ ਕੀਤੀ। ਪਰ ਅੱਜ ਦੁੱਖ ਲੱਗਦਾ ਵੀ ਇਹ ਉਸ ਸ਼ਖਸ ਲਈ ਰਾਜਨਾਥ ਜੀ ਕੋਲ ਚੱਲੇ ਆ, ਰਾਸ਼ਟਰਪਤੀ ਕੋਲ ਚੱਲੇ ਨੇ, ਜਿਹੜਾ ਸ਼ਖਸ ਕਹਿੰਦਾ ਵੀ ਜਦੋਂ ਵੀ ਮੈਨੂੰ ਮੌਕਾ ਮਿਲੂ ਪੰਜਾਬ ਚ ਮੈਂ ਕਤਲੇਆਮ ਕਰੂੰ, ਖੂਨ ਵਹਾਊ। ਤੇ ਇਸ ਕਰਕੇ ਸਪਸ਼ਟ ਕਰਨਾ ਪਊਗਾ ਇਹਨਾਂ ਨੂੰ ਵੀ ਇਹ ਅਮਨ ਚੈਨ ਦੇ ਵਾਲੀਆਂ ਤਾਕਤਾਂ ਨਾਲ ਨੇ ਜਾਂ ਪੰਜਾਬ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ, ਕੀ ਮਜਬੂਰੀ ਅੱਜ ਇਹਨਾਂ ਦੀ ਵੀ ਉਸ ਸ਼ਖਸ ਲਈ ਉਹਨੂੰ ਬਚਾਉਣ ਲਈ ਚੱਲੇ ਨੇ। ਉਹ ਸ਼ਖਸ ਜਦੋਂ ਵੀ ਛੁੱਟ ਗਿਆ, ਕਿਉਂਕਿ ਉਹ ਹਮੇਸ਼ਾ ਕਹਿੰਦੇ ਆ ਵੀ ਜਦੋਂ ਵੀ ਸਾਨੂੰ ਮੌਕਾ ਮਿਲਿਆ ਅਸੀਂ ਆ ਕੇ ਫੇਰ ਕਤਲੇਆਮ ਕਰਾਂਗੇ, ਖੂਨ ਵਹਾਵਾਂਗੇ। ਕੱਲ ਨੂੰ ਇਹ ਨਾ ਹੋਵੇ ਜਦੋਂ ਇਹੋ ਜਿਹੇ ਸ਼ਖਸ ਨੂੰ ਤੁਸੀਂ ਹਵਾ ਦੇ ਦੋ, ਇਹੋ ਜਿਹੇ ਲੋਕਾਂ ਨੂੰ ਤਾਕਤ ਦੇ ਦੋ, ਫੇਰ ਆ ਕੇ ਉਹ ਸਾਡੇ ਕਿਸੇ ਜਵਾਨ ਦਾ, ਕਿਸੇ ਸਾਡੀ ਧੀ ਦਾ, ਸਾਡੀ ਕਿਸੇ ਭੈਣ ਦਾ ਸਵਾਗ ਉਜਾੜ ਦੇਣ, ਫੇਰ ਆ ਕੇ ਬੰਬ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਮਾਰ ਦੇਣ, ਫਿਰ ਜ਼ਿੰਮੇਵਾਰੀ ਕਿਹਦੀ ਹੋਏਗੀ? ਜ਼ਿੰਮੇਵਾਰੀ ਕਿਹਦੀ ਹੋਏਗੀ? ਉਹ ਜ਼ਿੰਮੇਵਾਰੀ ਅਕਾਲੀ ਦਲ ਤੇ ਬੀਜੇਪੀ ਦੀ ਹੋਏਗੀ। ਇਸ ਕਰਕੇ ਅੱਜ ਵੀ ਤੁਹਾਨੂੰ ਚੇਤਾਵਨੀ ਦਿੰਦੇ ਹਾਂ, ਹਟ ਜਾਓ ਇਹ ਕੰਮ ਕਰਨ ਤੋਂ। ਤੁਸੀਂ ਪਹਿਲਾਂ ਵੀ ਅੱਗ ਲਾਈ ਪੰਜਾਬ ਨੂੰ, ਉਦੋਂ ਬਾਅਦ ਤੁਸੀਂ ਪਾਸੇ ਹੋ ਗਏ, ਤੇ 35,000 ਲੋਕਾਂ ਨੇ ਆਪਣਾ ਸ਼ਹਾਦਤਾਂ, ਆਪਣਾ ਖੂਨ ਡੋਲ ਕੇ, ਪਿੰਡ ਪਿੰਡ ਗੋਲੀਆਂ ਚੱਲੀਆਂ, ਲੋਕਾਂ ਨੇ ਜਾਨਾਂ ਦਿੱਤੀਆਂ ਆਪਣੀਆਂ, ਸਾਡੇ ਪੈਰਾਮਿਲਟਰੀ ਫੋਰਸਿਸ, ਸਾਡੀ ਪੁਲਿਸ, ਸਾਡੇ ਅਫਸਰ ਸਾਹਿਬਾਨ, ਸਾਡੇ ਆਮ ਲੋਕ ਅੱਜ ਉਹ ਵੀ ਘਰਾਂ ਚ ਬੈਠੇ ਸੋਚ ਰਹੇ ਆ ਵੀ ਸਾਡੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਅੱਜ ਬੀਜੇਪੀ ਅਕਾਲੀ ਦਲ ਭੁੱਲ ਗਿਆ। ਤੇ ਇਸ ਕਰਕੇ ਮੈਂ ਸਾਫ਼ ਇਸ ਗੱਲ ਦਾ ਜਵਾਬ ਮੰਨਦਾ, ਜਿੰਨੀ ਲੜਾਈ ਸਾਡੇ ਤੋਂ ਲੜ ਹੋਊਗੀ, ਸਾਡੀ ਪਾਰਟੀ ਤੋਂ ਲੜ ਹੋਊਗੀ, ਸਾਡੇ ਪਰਿਵਾਰ ਤੋਂ ਲੜ ਹੋਊਗੀ, ਅਸੀਂ ਲੜਾਂਗੇ। ਅਸੀਂ ਨਾ ਡਰੇ ਹਾਂ ਨਾ ਡਰਾਂਗੇ, ਅੱਗੇ ਵੀ ਸਾਨੂੰ ਕੁਛ ਵੀ ਕੁਰਬਾਨੀਆਂ ਦੇਣੀਆਂ ਪੈਣ, ਪਰ ਅਸੀਂ ਇਸ ਲੜਾਈ ਚ ਪਿੱਛੇ ਨਹੀਂ ਹਟਣਾ, ਅਸੀਂ ਚੁੱਕਾਂਗੇ ਨਹੀਂ। ਇੱਕ ਕਾਤਲ ਇੱਕ ਕਹਿ ਰਿਹਾ ਮੈਂ ਭੁੱਖ ਹੜਤਾਲ ਤੇ ਬਹਿਣਾ, ਤਾਂ ਉਹ ਤੋਂ ਡਰ ਗਏ? ਉਹਦੀ ਗੱਲ ਕਰਨ ਚ ਰੁਪਏ? ਅੱਜ ਸੁਖਬੀਰ ਸਿੰਘ ਬਾਦਲ, ਅੱਜ ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਜਿਹੜੀ ਕੇਂਦਰ ਦੇ ਮੰਤਰੀ ਆ, ਜਿਹਨੇ ਸੰਵਿਧਾਨ ਦੀ, ਇਸ ਕਾਨੂੰਨ ਦੀ ਸਹੁੰ ਚੱਕ ਕੇ ਉਹ ਮੰਤਰੀ ਬਣੀ ਆ, ਅੱਜ ਜਿਹੜਾ ਕਾਨੂੰਨ ਦਾ, ਜਿਹੜਾ ਕਾਨੂੰਨ ਨੂੰ ਟਿੱਚ ਜਾਣਦਾ ਏ, ਜਿਹੜਾ ਸੰਵਿਧਾਨ ਨੂੰ ਟਿੱਚ ਜਾਣਦਾ ਏ, ਅੱਜ ਇਹ ਅਕਾਲੀ ਦਲ ਉਹਦੀ ਮਦਦ ਕਰਨ ਚੱਲਿਆ? ਅੱਜ ਸਪਸ਼ਟ ਕਰਨਾ ਪਏਗਾ, ਜਵਾਬ ਦੇਣਾ ਪਊਗਾ। ਜੇ ਕਾਤਲ ਨੂੰ ਬਚਾਓਗੇ, ਦੇਸ਼ ਦੇ ਦੁਸ਼ਮਣ ਨੂੰ ਬਚਾਓਗੇ, ਲੋਕ ਵੋਟਾਂ ਪਾ ਦੇਣਗੇ? ਲੋਕ ਤੁਹਾਨੂੰ ਵੋਟਾਂ ਪਾ ਦੇਣਗੇ? ਲੋਕ ਤੁਹਾਨੂੰ ਤੀਜੇ ਨੰਬਰ ਤੇ ਸਿੱਟਿਆ ਲੋਕਾਂ ਨੇ, ਤੁਸੀਂ ਚੰਦ ਲੋਕਾਂ ਨੂੰ ਖੁਸ਼ ਕਰਨ ਲਈ, ਜਿਹੜੀਆਂ ਏਜੰਸੀਆਂ ਨੂੰ ਖੁਸ਼ ਕਰਨ ਲਈ ਆਪਣੀ ਜਾਨ ਤੋਂ ਡਰ ਕੇ ਉਹਨਾਂ ਦੇ ਮਦਦ ਤੇ ਤੁਰ ਕੇ, ਵੋਟਾਂ ਨਹੀਂ ਮਿਲਦੀਆਂ ਇਸ ਚੀਜ਼ਾਂ ਨਾਲ, ਨਾਲੇ ਇਹ ਰਾਜਨੀਤੀ ਤੇ ਵੋਟਾਂ ਦੀ ਰਾਜਨੀਤੀ ਕਰਨੀ ਆ। ਜਿਹੜੇ ਦੇਸ਼ ਨੂੰ ਤੋੜਨ ਵਾਲੇ ਲੋਕ ਨੇ ਉਹਨਾਂ ਨੂੰ ਬਚਾ ਕੇ ਵੋਟਾਂ ਦੀ ਰਾਜਨੀਤੀ ਕਰਨੀ ਹੈ। 100 ਇਹੋ ਜਿਹੀਆਂ ਇਲੈਕਸ਼ਨਾਂ ਵਾਰੀਆਂ,
100 ਵੋਟਾਂ ਵਾਰੀਆਂ ਇਹ ਜੀਆਂ ਜੇ ਲੋਕਾਂ ਨੇ ਸ਼ਹੀਦਾਂ ਦੇ ਬਲੀਦਾਨਾਂ ਤੇ ਜੇ ਵੋਟਾਂ ਦੀ ਰਾਜਨੀਤੀ ਕਰਨੀ ਆ ਫਿਰ ਇਹ ਜੀ ਰਾਜਨੀਤੀ ਇਹਨਾਂ ਨੂੰ ਮੁਬਾਰਕ ਅਸੀਂ ਉਹ ਲੋਕ ਆ ਜਿਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਸ਼ਹੀਦਾਂ ਨਾਲ ਖੜਾਂਗੇ ਸ਼ਹੀਦਾਂ ਨਾਲ ਹੀ ਮਰਾਂਗੇ ਠੀਕ ਹੈ ਸਰ